ਸਤਿ ਸ਼੍ਰੀ ਅਕਾਲ ਦਰਸ਼ਕੋ, ਤੁਹਾਡਾ ਸਭ ਦਾ ਸਵਾਗਤ ਹੈ ਮੇਰੇ ਯੂਟਿਊਬ ਚੈਨਲ ਦੇ ਵਿੱਚ। ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜਾ ਵੀ ਨਿਸੰਤਾਨ ਜੋੜਾ ਹੁੰਦਾ ਹੈ ਕਿ ਉਹਨੂੰ ਟੈਸਟ ਟਿਊਬ ਬੇਬੀ ਜਾਂ ਇਕਸੀ ਵਿਧੀ ਦੀ ਜ਼ਰੂਰਤ ਹੁੰਦੀ ਹੈ ਕਿ ਸਿਰਫ ਦਵਾਈਆਂ ਦੇ ਨਾਲ ਵੀ ਪ੍ਰੋਸੀ ਬੇਬੀ ਹੋ ਸਕਦਾ ਹੈ, ਕਿਉਂਕਿ ਬਹੁਤ ਪੇਸ਼ੈਂਟ ਨੂੰ ਇਹ ਮਨ ਵਿੱਚ ਵਹਿਮ ਹੁੰਦਾ ਕਿ ਜੇ ਮੇਰੇ ਬੇਬੀ ਨਹੀਂ ਹੋ ਰਿਹਾ ਤੇ ਮੈਨੂੰ ਟੈਸਟ ਟਿਊਬ ਬੇਬੀ ਦੀ ਹੀ ਲੋੜ ਹੈ, ਜਾਂ ਕਿਹੋ ਜਿਹੇ ਪੇਸ਼ੈਂਟਸ ਹੈ ਜਿਹਨਾਂ ਨੂੰ ਟੈਸਟ ਟਿਊਬ ਬੇਬੀ ਦੀ ਜ਼ਰੂਰਤ ਪੈਂਦੀ ਹੈ ਜਾਂ IVF ਇਕਸੀ ਦੀ ਪ੍ਰੋਸੀਜਰ ਦੀ ਲੋੜ ਪੈਂਦੀ ਹੈ। ਸਭ ਤੋਂ ਪਹਿਲਾਂ ਜਿਹੜਾ ਵੀ ਆਪਾਂ ਨਿਸੰਤਾਨ ਕਿਸ ਜੋੜੇ ਨੂੰ ਕਹਿੰਦੇ ਹਾਂ, ਜਦ ਇੱਕ ਸਾਲ ਦੇ ਆਪਸੀ ਸੰਭੋਗ ਦੇ ਕਾਰਨ ਜਦ ਪੇਸ਼ੈਂਟ ਪ੍ਰੈਗਨੈਂਟ ਨਹੀਂ ਹੋ ਸਕਦਾ ਤੇ ਉਹਨੂੰ ਆਪਾਂ ਕਹਿੰਦੇ ਹਾਂ ਕਿ ਉਹਨੂੰ ਬਾਂਝਪਨ ਦੀ ਸਮੱਸਿਆ ਆ ਗਈ। ਪਰ ਬਹੁਤ ਸਾਰੇ ਪੇਸ਼ੈਂਟਸ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਨੂੰ ਪਹਿਲੇ ਹੀ ਛੇਤੀ ਹੀ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ, ਜਿਵੇਂ ਕਿ ਲੇਟ ਮੈਰਿਜ ਹੋਈ ਹੈ ਜਾਂ ਸੈਕਿੰਡ ਮੈਰਿਜ ਹੋਈ ਹੈ ਤੇ ਉਹਦੇ ਪ੍ਰੈਗਨੈਂਸੀ ਨਹੀਂ ਹੋ ਰਹੀ ਲੇਡੀ ਦੀ, ਜਾਂ ਫਿਰ ਲੇਡੀ ਨੂੰ ਪਹਿਲਾਂ ਹੀ ਕੋਈ ਮੈਂਸਟਰੁਅਲ ਪ੍ਰੋਬਲਮ ਹੈ ਜਿਹਦੇ ਕਾਰਨ ਪ੍ਰੈਗਨੈਂਸੀ ਨਹੀਂ ਹੋ ਰਹੀ। ਸੋ ਜਿਹੜਾ ਵੀ ਨਿਸੰਤਾਨ ਜੋੜਾ ਆਉਂਦਾ ਹੈ, ਸਭ ਤੋਂ ਪਹਿਲਾਂ ਉਹਦੇ ਡਿਟੇਲ ਟੈਸਟ ਕਰਨੇ ਬਹੁਤ ਜ਼ਰੂਰੀ ਹੈ, ਕਿਉਂਕਿ ਜਦ ਤੱਕ ਆਪਾਂ ਕਾਰਨ ਹੀ ਨਹੀਂ ਲੱਭ ਸਕਦੇ ਆਪਾਂ ਟ੍ਰੀਟਮੈਂਟ ਡਿਸਾਈਡ ਹੀ ਨਹੀਂ ਕਰ ਸਕਦੇ। ਇਹੋ ਜਿਹੀ ਕੋਈ ਗੱਲ ਨਹੀਂ ਕਿ ਪੇਸ਼ੈਂਟ ਆਇਆ, ਪੇਸ਼ੈਂਟ ਕਹੇਗਾ ਜੀ ਮੈਂ ਟੈਸਟ ਟਿਊਬ ਬੇਬੀ ਕਰਾਉਣਾ ਹੈ, ਪਰ ਨਹੀਂ, ਬਹੁਤ ਸਾਰੇ ਇਹੋ ਜਿਹੇ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਨੂੰ ਦਵਾਈਆਂ ਦੇ ਨਾਲ ਵੀ ਪ੍ਰੈਗਨੈਂਸੀ ਹੋ ਸਕਦੀ ਹੈ, ਜਾਂ ਇੱਕ ਸਿੰਪਲ ਪ੍ਰੋਸੀਜਰਸ ਹੁੰਦੇ ਆ ਜਿਵੇਂ ਕਿ IUI ਦਾ ਵੀ ਪ੍ਰੋਸੀਜਰ ਹੁੰਦਾ ਹੈ ਜਿਹਦੇ ਨਾਲ ਕਿ ਪ੍ਰੈਗਨੈਂਸੀ ਹੋ ਸਕਦੀ ਹੈ। ਸੋ ਇੱਕ ਡਿਟੇਲ ਜਾਂਚ ਹੋਣੀ ਹਸਬੈਂਡ ਵਾਈਫ ਦੀ ਬਹੁਤ ਜ਼ਰੂਰੀ ਹੈ। ਸੈਕਿੰਡ ਆਪਾਂ ਦੇਖਾਂਗੇ ਕਿ ਕੀ ਨੁਕਸਾਨ ਹੈ। ਪੇਸ਼ੈਂਟ ਨੂੰ ਬਹੁਤ ਜ਼ਿਆਦਾ ਟਾਈਮ ਟੈਸਟਾਂ ਵਿੱਚ ਨਹੀਂ ਵੇਸਟ ਕਰਨਾ ਚਾਹੀਦਾ, ਕਿਉਂਕਿ ਜਿਹੜਾ ਟਾਈਮ ਹੈ ਬਹੁਤ ਪ੍ਰੈਸ਼ੀਅਸ ਹੁੰਦਾ ਹੈ। ਪੇਸ਼ੈਂਟ ਨੂੰ ਮੈਂਟਲ ਸਟ੍ਰੈਸ ਹੁੰਦਾ ਹੈ, ਸੁਸਾਇਟੀ ਦਾ ਸਟ੍ਰੈਸ ਹੁੰਦਾ ਹੈ, ਰਿਲੇਟਿਵਸ ਦਾ ਸਟ੍ਰੈਸ ਹੁੰਦਾ ਹੈ ਇੱਕ ਲੇਡੀ ਨੂੰ। ਸੋ ਮੇਰੇ ਹਿਸਾਬ ਦੇ ਨਾਲ ਪੇਸ਼ੈਂਟ ਨੂੰ ਜਿਹੜੇ ਹੈ ਇੱਕ ਜਾਂ ਦੋ ਵਿਜ਼ਿਟਸ ਵਿੱਚ ਸਾਰੇ ਟੈਸਟ ਹੋ ਜਾਣੇ ਚਾਹੀਦੇ ਹੈ ਤੇ ਲਾਈਨ ਆਫ ਟ੍ਰੀਟਮੈਂਟ ਡਿਸਾਈਡ ਕਰ ਲੈਣੀ ਚਾਹੀਦੀ ਹੈ। ਸੋ ਆਪਾਂ ਗੱਲ ਕਰਾਂਗੇ ਕਿ ਟੈਸਟ ਟਿਊਬ ਬੇਬੀ ਜਾਂ ਇਕਸੀ ਵਿਧੀ ਕਿਹੋ ਜਿਹੇ ਪੇਸ਼ੈਂਟਸ ਨੂੰ ਜਿਨ੍ਹਾਂ ਨੂੰ ਲੋੜ ਹੁੰਦੀ ਹੈ। ਸਭ ਤੋਂ ਪਹਿਲਾਂ ਜਿਨ੍ਹਾਂ ਦੀ ਏਜ ਜ਼ਿਆਦਾ ਹੋ ਗਈ ਹੈ, ਉਹਨਾਂ ਨੇ ਬਹੁਤ ਸਾਰੇ IUI ਸਾਈਕਲਸ ਲੈ ਲਏ ਹੈ, ਉਹਨਾਂ ਦੀ ਪ੍ਰੈਗਨੈਂਸੀ ਨਹੀਂ ਹੋ ਰਹੀ। ਸੈਕਿੰਡ, ਇੱਕ ਲੇਡੀ ਦੀ ਟਿਊਬਸ ਹੈ ਜਿਹੜੀ ਕਿ ਬਲੌਕ ਹੋ ਗਈ ਹੈ, ਜਿਹੜੀ ਖੁੱਲ ਨਹੀਂ ਸਕਦੀ, ਜਾਂ ਜਦ ਟਿਊਬ ਵਿੱਚ ਪਾਣੀ ਭਰ ਗਿਆ ਹੈ ਜਾਂ ਟਿਊਬ ਵਿੱਚ ਪਸ ਭਰ ਗਈ ਹੈ, ਜਾਂ ਕੋਈ ਵੀ ਟਿਊਬ ਦੀ ਜਿਹੜੀ ਪ੍ਰੋਬਲਮ ਹੈ, ਉਹ ਪੇਸ਼ੈਂਟਸ ਵਾਸਤੇ ਟੈਸਟ ਟਿਊਬ ਬੇਬੀ ਜ਼ਰੂਰੀ ਹੁੰਦਾ ਹੈ। ਉਹਨਾਂ ਨੂੰ ਟਾਈਮ ਨਹੀਂ ਵੇਸਟ ਕਰਨਾ ਚਾਹੀਦਾ। ਸੈਕਿੰਡ ਹੈ ਜਿਨ੍ਹਾਂ ਦਾ ਓਵੇਰੀਅਨ ਰਿਜ਼ਰਵ, ਜਿਨ੍ਹਾਂ ਦੀ ਅੰਡੇ ਬਣਨ ਦੀ ਕਪੈਸਿਟੀ ਜਿਹੜੀ ਹੈ ਉਹ ਘੱਟ ਹੋ ਰਹੀ ਹੈ, ਉਹ ਵੀ ਟਰਾਈ ਕਰ ਸਕਦੇ ਹੈ ਓਵੂਲੇਸ਼ਨ ਇੰਡਕਸ਼ਨ, ਯਾਨੀ ਕਿ ਅੰਡਾ ਬਣਨ ਦੀ ਦਵਾਈ ਦੇ ਸਕਦੇ ਹੈ, ਟੀਕੇ ਦੇ ਸਕਦੇ ਹੈ, ਪਰ ਜੇ ਉਹ ਟਰਾਈ ਕਰ ਚੁੱਕੇ ਆ, ਉਹਨਾਂ ਨੂੰ ਨਹੀਂ ਹੋ ਰਿਹਾ, ਤੇ ਉਹਨਾਂ ਨੂੰ ਟੈਸਟ ਟਿਊਬ ਬੇਬੀ ਕਰਾ ਲੈਣਾ ਚਾਹੀਦਾ ਹੈ। ਸੈਕਿੰਡਲੀ, ਜਿਹੜੇ ਕਿ ਹੁਣ ਮੇਲ ਪ੍ਰੋਬਲਮ ਹੈ, ਜਿਨ੍ਹਾਂ ਦੇ ਸਪਰਮ ਕਾਊਂਟ ਬਹੁਤ ਘੱਟ ਹੈ, ਉਹਨਾਂ ਨੇ ਬਹੁਤ ਸਾਰੀ ਦਵਾਈਆਂ ਖਾ ਲਈਆਂ, ਜਾਂ ਜਿਨ੍ਹਾਂ ਦੇ ਨਿਲ ਸ਼ੁਕਰਾਣੂ ਹੈ, ਇਹੋ ਜਿਹੇ ਕੇਸਿਸ ਵਿੱਚ ਵੀ IVF ਇਕਸੀ ਪ੍ਰੋਸੀਜਰ ਜਿਹੜਾ ਹੈ ਬਹੁਤ ਹੈਲਪਫੁਲ ਹੁੰਦਾ ਹੈ। ਪੇਸ਼ੈਂਟ ਨੂੰ ਉਸ ਪ੍ਰੋਸੀਜਰ ਦੇ ਵਾਸਤੇ ਡਰਨਾ ਨਹੀਂ ਚਾਹੀਦਾ, ਉਹਨੂੰ ਸਹੀ ਟਾਈਮ ਤੇ ਕਰਾ ਲੈਣਾ ਚਾਹੀਦਾ। ਸੋ ਇਹ ਮੇਨ ਰੀਜ਼ਨਸ ਹੈ ਜਿਹਦੇ ਕਾਰਨ ਪੇਸ਼ੈਂਟ ਨੂੰ ਟੈਸਟ ਟਿਊਬ ਬੇਬੀ ਦੀ ਲੋੜ ਪੈ ਸਕਦੀ ਹੈ। ਆਪਾਂ ਗੱਲ ਕਰਾਂਗੇ ਕਿ ਟੈਸਟ ਟਿਊਬ ਬੇਬੀ ਹੁੰਦਾ ਕੀ ਹੈ, ਕਿਵੇਂ ਕੀਤਾ ਜਾਂਦਾ, IVF ਇਕਸੀ ਕੀ ਹੁੰਦਾ ਹੈ, ਉਹਦੇ ਵਿੱਚ ਕੀ ਡਿਫਰੈਂਸਿਸ ਹੁੰਦੇ ਹੈ। ਸੋ ਬੇਸਿਕਲੀ ਜਿਹੜਾ ਡਿਫਰੈਂਸ IVF ਇਕਸੀ ਵਿੱਚ ਹੁੰਦਾ ਹੈ, ਉਹ ਇੱਕ ਲੈਬੋਰਟਰੀ ਪ੍ਰੋਸੀਜਰ ਹੁੰਦਾ ਹੈ। ਇਹਦੇ ਵਿੱਚ ਲੇਡੀ ਦੇ ਐਗਸ ਤਿਆਰ ਕੀਤੇ ਜਾਂਦੇ ਹੈ, ਅਲਟਰਾਸਾਊਂਡ ਦੇ ਜ਼ਰੀਏ ਉਹ ਐਗਸ ਕੱਢੇ ਜਾਂਦੇ ਹੈ,
ਫਿਰ ਜਿਹੜਾ ਭਰੂਣ ਵਿਗਿਆਨਿਕ ਹੈ ਉਹ ਲੈਬੋਰਟਰੀ ਵਿੱਚ ਕੰਮ ਕਰਦਾ ਹੈ ਤੇ ਇੱਕ ਐਗ ਤੇ ਇੱਕ ਸਪਰਮ ਦਾ ਮਿਲਨ ਕਰਾ ਕੇ ਭਰੂਣ ਤਿਆਰ ਕਰਕੇ ਲੇਡੀ ਦੇ ਬੱਚੇਦਾਨੀ ਦੇ ਅੰਦਰ ਰੱਖਿਆ ਜਾਂਦਾ ਹੈ। ਬੇਸਿਕਲੀ ਇਹ ਪੇਨਲੈਸ ਪ੍ਰੋਸੀਜਰ ਹੈ ਜਿਹੜਾ ਕਿ ਅੰਡੇ ਕੱਢੇ ਜਾਂਦੇ ਆ ਉਹ ਸੈਡੇਸ਼ਨ ਦੇ ਅੰਦਰ ਕੱਢੇ ਜਾਂਦੇ, ਬਾਕੀ ਪੇਸ਼ੈਂਟ ਨੂੰ ਕੋਈ ਡਰਨ ਦੀ ਲੋੜ ਨਹੀਂ ਹੁੰਦੀ। ਸੋ ਇਹਨੂੰ ਆਪਾਂ ਕਹਿੰਦੇ ਹਾਂ ਟੈਸਟ ਟਿਊਬ ਬੇਬੀ ਪ੍ਰੋਸੀਜਰ ਜਾਂ IVF ਇਕਸੀ ਪ੍ਰੋਸੀਜਰ ਜਿਹੜਾ ਕਿ ਹੈ। ਸੋ ਬੇਸਿਕਲੀ ਮੇਰੀ ਐਡਵਾਈਸ ਇਹੀ ਕਪਲਸ ਨੂੰ ਹੈ ਕਿ ਹਰ ਕਪਲ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਹਿਲੇ ਹੀ ਅਸੀਂ ਡਾਕਟਰ ਕੋਲ ਜਾਵਾਂਗੇ, ਆਪਾਂ IVF ਇਕਸੀ ਕਰਾ, ਡਾਕਟਰ ਸਾਨੂੰ IVF ਇਕਸੀ ਦੱਸ ਦੇਗਾ ਤੇ ਸਾਡਾ ਨਾਲ ਪਤਾ ਨਹੀਂ ਕੀ ਹੋ ਜਾਏਗਾ, ਸਾਡਾ ਕਿੰਨਾ ਖਰਚਾ ਆ ਜਾਏਗਾ। ਬਹੁਤ ਸਾਰੇ ਪੇਸ਼ੈਂਟਸ ਹੈ ਜਿਹੜੇ ਮੇਰੇ ਕੋਲ ਆ ਕੇ ਪੁੱਛਦੇ ਕਿ ਤੁਸੀਂ ਕੀ ਪੈਕੇਜ ਦਿੰਦੇ ਹੋ। ਇਹਦੇ ਵਿੱਚ ਮੈਂ ਇੱਕ ਗੱਲ ਦੱਸਣਾ ਚਾਹਾਂਗੀ ਕਿ ਹਰ ਡਾਕਟਰ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਫਸਟ ਸਾਈਕਲ ਵਿੱਚ ਹੀ ਪੇਸ਼ੈਂਟ ਜਿਹੜਾ ਹੈ ਕਿ ਪ੍ਰੈਗਨੈਂਟ ਹੋ ਜਾਏ। ਸੋ ਮੈਨੂੰ ਇਹ ਗੱਲ ਸੁਣਨ ਵਿੱਚ ਬੜੀ ਅਜੀਬ ਲੱਗਦੀ ਹੈ ਕਿ ਆਪਾਂ ਗੱਲ ਕਰੀਏ ਕਿ ਪੈਕੇਜ ਕੀ ਹੁੰਦਾ ਹੈ, ਕਿ ਤੁਸੀਂ ਮਨੀ ਬੈਗ ਗਰੰਟੀ ਦਿਓਗੇ। ਕੋਈ ਵੀ ਜਿਹੜਾ ਹੈ ਜਿਹੜੀ ਜਾਨ ਜਿਹੜੀ ਰੱਬ ਨੇ ਭਰੂਣ ਦੇ ਅੰਦਰ ਜਾਨ ਪਾਣੀ ਹੈ ਉਹ ਵਾਹਿਗੁਰੂ ਦੇ ਹੱਥ ਹੁੰਦੀ ਹੈ। ਸੋ ਇਹਦੇ ਵਿੱਚ ਕੋਈ ਮਨੀ ਬੈਗ ਗਰੰਟੀ ਨਹੀਂ ਹੁੰਦੀ IVF ਵਿੱਚ। ਹਰ ਡਾਕਟਰ ਹੈ ਜਿਹੜਾ ਆਪਣੀ ਤਰਫ ਤੋਂ ਕੋਸ਼ਿਸ਼ ਕਰੇਗਾ ਕੋਈ ਉਹ ਬੈਸਟ ਤੋਂ ਬੈਸਟ ਕਰੇ। ਔਰ ਬਹੁਤ ਸਾਰੇ ਪ੍ਰੋਸੀਜਰਸ ਹੈ ਜਿਹਦੇ ਨਾਲ ਆਪਾਂ IVF ਦਾ ਸਕਸੈਸ ਰੇਟ ਵੀ ਇਨਕਰੀਜ਼ ਕਰ ਸਕਦੇ ਆ। ਐਂਡ ਮੈਂ ਹਮੇਸ਼ਾ ਪੇਸ਼ੈਂਟ ਨੂੰ ਐਡਵਾਈਸ ਕਰਦੀ ਹਾਂ ਕਿ ਪੈਕੇਜ ਦੀ ਗੱਲ ਆਪਾਂ ਕਿਉਂ ਕਰੀਏ। ਮੰਨ ਲਓ ਇੱਕ ਪੇਸ਼ੈਂਟ ਦਾ ਸਾਈਕਲ ਫੇਲ ਹੋ ਗਿਆ ਤੇ ਅਸੀਂ ਸਾਡੇ ਹਸਪਤਾਲ ਵਿੱਚ ਐਮਬਰੀਓ ਫ੍ਰੀਜ਼ਿੰਗ ਦੀ, ਭਰੂਣ ਫ੍ਰੀਜ਼ਿੰਗ ਦੀ ਫੈਸਿਲਿਟੀ ਹੈ ਜਿਹਦੇ ਕਹੇ ਵਿੱਚ ਆਪਾਂ ਜਿਹੜਾ ਪੇਸ਼ੈਂਟ ਨੂੰ ਨੈਕਸਟ ਸਾਈਕਲ ਹੋਏਗਾ ਉਹਦੇ ਨਾ ਟੀਕੇ ਲੱਗਣੇ ਹੈ, ਨਾ ਕੋਈ ਫਾਈਨੈਂਸ਼ੀਅਲ ਸਟ੍ਰੈਸ ਆਉਣਾ ਹੈ, ਨਾ ਉਹਨੂੰ ਕੋਈ ਇਮੋਸ਼ਨਲ ਸਟ੍ਰੈਸ ਆਉਣਾ ਹੈ, ਜਿਹੜਾ ਫਿਜ਼ੀਕਲ ਟਰੋਮਾ ਉਹ ਫੀਲ ਕਰਦੀ ਹੈ ਉਹ ਵੀ ਨਹੀਂ ਹੋਏਗਾ। ਸੋ ਮੈਂ ਹਮੇਸ਼ਾ ਪੇਸ਼ੈਂਟ ਨੂੰ ਕਹਿੰਦੀ ਹਾਂ ਇੱਕ ਪੋਜ਼ਿਟਿਵ ਐਟੀਟਿਊਡ ਰੱਖਣਾ ਚਾਹੀਦਾ ਹੈ। ਆਈ ਨੈਵਰ ਗਿਵ ਐਨੀ ਪੈਕੇਜਿਸ, ਮੈਂ ਪੇਸ਼ੈਂਟ ਨੂੰ ਕੋਈ ਪੈਕੇਜ ਨਹੀਂ ਦੱਸਦੀ, ਕੋਈ ਮਨੀ ਬੈਕ ਗਰੰਟੀ ਨਹੀਂ ਹੁੰਦੀ। ਆਪਾਂ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਕਪਲ ਆਏ ਸਾਡੇ ਕੋਲੋਂ ਜੇ ਵਿਸ਼ਵਾਸ ਰੱਖ ਕੇ ਆਏਗਾ, ਡਾਕਟਰ ਦੀ ਸਹੀ ਸਲਾਹ ਮੰਨੇਗਾ ਤੇ ਉਹ ਬੇਬੀ ਲੈ ਕੇ ਜਾ ਸਕਦਾ ਹੈ।